13 ਫਰਵਰੀ ਨੂੰ ਸ਼ੁਰੂ ਹੋਏ ਕਿਸਾਨ ਅੰਦੋਲਨ 2 ਨੂੰ 34 ਦਿਨ ਹੋ ਚੁੱਕੇ ਨੇ। ਕਿਸਾਨ ਲਗਾਤਾਰ ਸਰਹੱਦਾਂ ਤੇ ਬੈਠੇ ਨੇ। ਪੰਜਾਬ ਹਰਿਆਣਾ ਦੀ ਸਰਹੱਦ ਤੇ ਸ਼ੰਭੂ ਬੈਰੀਅਰ ਤੇ ਖਨੌਰੀ ਬੈਰੀਅਰ ਤੇ ਕਿਸਾਨ ਲਗਾਤਾਰ ਡਟੇ ਹੋਏ ਨੇ। ਹਾਲਾਂਕਿ ਬਹੁਤ ਉਮੀਦਾਂ ਸੀ ਕਿ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਕਿਸਾਨਾਂ ਦੇ ਨਾਲ ਸਰਕਾਰ ਦੀ ਕੋਈ ਗੱਲਬਾਤ ਬਣ ਸਕਦੀ ਹੈ ਤੇ ਮਸਲੇ ਦਾ ਹੱਲ ਹੋ ਸਕਦਾ, ਪਰ ਐਸਾ ਨਹੀਂ ਹੋਇਆ। ਕਿਸਾਨ ਅੰਦੋਲਨ ਲੰਮਾ ਚੱਲਦਾ ਨਜ਼ਰ ਆ ਰਿਹਾ ਕਿਉਂਕਿ ਚੋਣ ਜ਼ਾਬਤਾ ਲੱਗ ਚੁੱਕਿਆ ਤੇ ਕਿਸਾਨ ਹਜੇ ਵੀ ਸਰਹੱਦਾਂ ਤੇ ਬੈਠੇ ਨੇ। ਸਾਡੇ ਨਾਲ ਸਰਵਣ ਸਿੰਘ ਪੰਧੇਰ ਨੇ, ਜਿਹੜੇ ਉਹਨਾਂ ਆਗੂਆਂ ਦੇ ਵਿੱਚੋਂ ਇੱਕ ਨੇ ਜਿਹੜੇ ਇਸ ਵੇਲੇ ਇਸ ਅੰਦੋਲਨ ਨੂੰ ਚਲਾ ਰਹੇ ਨੇ। ਪੰਧੇਰ ਸਾਹਿਬ, ਬੜੀ ਉਮੀਦ ਸੀ, ਤੁਸੀਂ ਵੀ ਸ਼ਾਇਦ ਸੋਚ ਰਹੇ ਹੋਵੋਗੇ, ਗੱਲਬਾਤ ਕਈ ਵਾਰ ਚੱਲੀ ਵੀ ਕਿ ਗੱਲਬਾਤ ਉਹ ਨੇੜੇ ਲੱਗੇਗੀ, ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ ਜਾਣਗੀਆਂ, ਮਸਲਾ ਲਟ ਗਿਆ ਲਾ ਤੱਕ ਇੱਧਰ ਚੋਣ ਜ਼ਾਬਤਾ ਲੱਗ ਗਿਆ। ਹਾਂ ਦੇਖੋ, ਜਦੋਂ ਸਰਕਾਰ ਸੱਦਦੀ ਸੀਗੀ, ਸਰਕਾਰ ਦੀ ਨੀਤੀ ਬਾਰੇ ਨੀਅਤ ਬਾਰੇ ਸਪਸ਼ਟ ਸੀਗਾ ਸਾਡੇ ਸਾਹਮਣੇ, ਪਰ ਅਸੀਂ ਕਦੀ ਵੀ ਦੁਨੀਆਂ 'ਚ ਦੇਸ਼ 'ਚ ਸਾਡੇ ਚਾਹੁਣ ਵਾਲਿਆਂ 'ਚ ਇਹ ਨਹੀਂ ਕਹਿਣਾ ਚਾਹੁੰਦੇ ਵੀ ਕਿਸਾਨ ਆਗੂ ਗੱਲ ਨਹੀਂ ਕਰਨਾ ਚਾਹੁੰਦੇ ਜਾਂ ਗੱਲਬਾਤ ਰਾਹੀਂ ਮਸਲੇ ਦਾ ਹੱਲ ਨਹੀਂ ਕਰਨਾ ਚਾਹੁੰਦੇ। ਆਖਰ ਤਾਂ ਇਹ ਗੱਲਬਾਤ ਰਾਹੀਂ ਹੱਲ ਹੋਣਾ, ਪਰ ਉਹਨਾਂ ਦੀ ਪੁਜੀਸ਼ਨ ਬਾਰੇ ਸਾਨੂੰ ਆਈਡੀਆ ਸੀਗਾ ਵੀ ਜਿਹੜੀਆਂ WTO ਨਾਲ ਟਕਰਾਉਂਦੀਆਂ ਮੰਗਾਂ ਵਾਂ ਐਡੀ ਛੇਤੀ ਮੰਨਣ ਵਾਲੇ ਨਹੀਂ ਹੈਗੇ, ਜਾਂ ਸਾਡਾ ਅੰਦੋਲਨ ਜਦੋਂ ਸ਼ੁਰੂ ਹੋ ਰਿਹਾ ਉਹਦੇ ਵਿੱਚ ਅਗਲੇ ਬੰਨੇ 1 ਮਹੀਨਾ ਪਲੱਸ ਸਮਾਂ ਹੈਗਾ ਅਤੇ ਉਹ ਐਡੀ ਛੇਤੀ ਉਹ ਮੰਨ ਜਾਣਗੇ। ਪਰ ਸਪਸ਼ਟ ਸੀਗਾ ਵੀ ਸਰਕਾਰ ਦਾ ਦੇਖੋ ਅਸਲ ਚਿਹਰਾ ਤਾਂ ਨੰਗਾ ਕਰਨਾ ਚਾਹੀਦਾ ਹੈ ਵੀ ਮੰਗਾਂ 2 ਸਾਲ ਪਹਿਲੋਂ ਦੀਆਂ ਕਮਿਟਮੈਂਟਸ ਨੇ, ਇਹਦੇ 'ਚ ਅੱਧੀਆਂ ਮੰਗਾਂ ਤਾਂ ਉਹਨਾਂ ਦੀ ਕਮਿਟਮੈਂਟਸ ਨੇ, ਠੀਕ ਆ। ਹਾਂ, ਕੁਛ ਮੰਗਾਂ ਨਵੀਆਂ ਜੋੜ ਲਈਆਂ, ਉਸ ਉਹਨਾਂ 'ਚ ਕੋਈ ਗੱਲ ਨਵੀਂ ਚਰਚਾ ਛੇੜ ਸਕਦੀ, ਇਹ ਗੱਲ ਕਹਿ ਸਕਦੇ ਹਾਂ, ਪਰ ਇਸ ਕਰਕੇ ਆ ਇਹ ਹੋਣਾ ਹੀ ਸੀਗਾ। ਔਰ ਅਸੀਂ ਇਹ ਵੀ ਮਨ ਬਣਾ ਕੇ ਆਏ ਸੀਗੇ ਆਪਣੇ ਮਨ 'ਚ ਵੀ ਇਹ ਅੰਦੋਲਨ ਲੰਬਾ ਜਾਊਗਾ ਜਦੋਂ ਇਸ ਕਿਸਮ ਦੀਆਂ ਵੱਡੀਆਂ ਮੰਗਾਂ ਹੋਣ ਜਿਨ੍ਹਾਂ ਨੇ ਖੇਤੀ ਸੰਕਟ ਨੂੰ ਹੱਲ ਕਰਨਾ ਹੋਵੇ। ਪਰ ਪ੍ਰਦੇਸ਼ ਸਾਹਿਬ, ਹੁਣ ਰੂਪ ਰੇਖਾ ਫਿਰ ਕੀ ਰਹੇਗੀ, ਕਿਉਂਕਿ ਚੋਣ ਜ਼ਾਬਤਾ ਜਦੋਂ ਲੱਗਣ ਵਾਲਾ ਹੁੰਦਾ ਜਾਂ ਚੋਣਾਂ ਨੇੜੇ ਹੁੰਦੀਆਂ ਤਾਂ ਉਦੋਂ ਕਿਸੇ ਵੀ ਮਸਲੇ 'ਤੇ ਪ੍ਰਦਰਸ਼ਨ ਚੱਲ ਰਿਹਾ ਹੋਵੇ ਸਰਕਾਰ ਦੇ ਖਿਲਾਫ ਤਾਂ ਉਦੋਂ ਪੂਰੀ ਉਮੀਦ ਹੁੰਦੀ ਹੈ, ਉਹ ਪੀਕ ਵੀ ਹੁੰਦੀ ਹੈ ਕਿ ਸਰਕਾਰ 'ਤੇ ਦਬਾਅ ਪਾਉਣ ਦਾ ਸਹੀ ਟਾਈਮ ਹੈ। ਚੋਣਾਂ ਆ ਗਈਆਂ ਪਰ ਅੰਦੋਲਨ ਫਿਰ ਵੀ ਕਿਤੇ ਨਾ ਕਿਤੇ ਜਿਹੜੇ ਲੱਗਦਾ ਸੀ ਕਿ ਗੱਲ ਨੇੜੇ ਲੱਗੇਗੀ ਉਹ ਨਹੀਂ ਲੱਗ ਸਕੀ, ਫਿਰ ਅੱਗੇ ਰੂਪਰੇਖਾ ਕੀ ਰਹੇਗੀ ਹੁਣ ਇਸ ਅੰਦੋਲਨ ਦੀ? ਦੇਖੋ, ਅੰਦੋਲਨਾਂ ਦੇ ਪੜਾਅ ਹੁੰਦੇ ਆ। ਇੱਕ ਅੰਦੋਲਨ 13 ਫਰਵਰੀ ਤੋਂ ਪਹਿਲੇ ਪੜਾਅ ਰਹੇ ਆ, ਭਾਵੇਂ ਉਹ ਬਾਹਲੇ ਪਰਦੇ 'ਤੇ ਨਹੀਂ ਆਏ ਹੈਗੇ, ਉਹਦੇ 2 ਮਹੀਨੇ ਪਿੱਛੇ ਘਾਲਣਾ ਰਹਿੰਦੀ ਆ। ਤੁਸੀਂ ਲਾਮਬੰਦ ਕਰਦੇ ਹੋ, ਵੱਡੀਆਂ ਰੈਲੀਆਂ ਕਰਦੇ ਹੋ, ਦੇਸ਼ ਵਿੱਚ ਗੱਲ ਲੈ ਕੇ ਜਾਂਦੇ ਹੋ, ਫਿਰ ਤੁਸੀਂ ਅੰਦੋਲਨ 'ਚ ਆਉਂਦੇ। ਅੰਦੋਲਨ ਨੇ ਮੁੱਢਲਾ ਪੜਾਅ ਤੈਅ ਕਰ ਲਿਆ ਹੈ, ਇਹ ਦੇਸ਼ ਦੇ ਹਰ ਕੋਨੇ 'ਚ ਹਰ ਲੋਕਾਂ ਤੱਕ ਪਹੁੰਚਿਆ, ਦੁਨੀਆ ਤੱਕ ਪਹੁੰਚਿਆ। ਇੱਕ ਪ੍ਰੈਸ਼ਰ ਗਰੁੱਪ ਆ, ਉਹਨੇ ਇੱਕ ਪ੍ਰੈਸ਼ਰ ਬਣਾ ਲਿਆ, ਉਸ ਪ੍ਰੈਸ਼ਰ ਨੇ ਹੁਣ ਇਹ June 10-15 ਤੋਂ ਬਾਅਦ ਜਿਹੜੀ ਵੀ ਕੋਈ ਸੱਤਾ ਨਵੀਂ ਆਊਗੀ, ਇੱਕ ਤਾਂ ਹੁੰਦਾ ਨਵੇਂ ਸਿਰ ਤੋਂ ਤੁਸੀਂ ਪ੍ਰੈਸ਼ਰ ਬਣਾਉਣਾ, ਘੋਲ ਨੂੰ ਬਿਲਡ ਕਰਨਾ, ਇਹ ਬਿਲਡ ਹੋਇਆ ਘੋਲ ਉਹਦੇ ਸਾਹਮਣੇ ਹੋਊਗਾ। ਪਰ ਪੰਧੇਰ ਸਾਹਿਬ, ਬੇਸ਼ੱਕ ਘੋਲ ਤੁਸੀਂ ਕਹਿੰਦੇ ਕਿ ਬਣਿਆ ਬਣਾਇਆ ਅੰਦੋਲਨ ਆ ਜਿਹੜਾ ਅਗਲੀ ਸਰਕਾਰ ਦੇ ਸਾਹਮਣੇ ਖੜਾ ਹੋਊਗਾ, ਪਰ ਗੱਲ ਤਾਂ ਇਹ ਹੈ ਨਾ ਕਿ ਸਰਕਾਰਾਂ 'ਤੇ ਦਬਾਅ 'ਤੇ ਇਹੀ ਹੁੰਦਾ ਨਾ ਕਿ ਭਾਈ ਤੁਹਾਨੂੰ ਸੱਤਾ 'ਚੋਂ ਬਾਹਰ ਕਰ ਦਿਆਂਗੇ। ਚੋਣਾਂ ਸਿਰ 'ਤੇ ਹੈ, ਚੋਣਾਂ ਦੇ ਵਿੱਚ ਉਹ ਨਿੱਤਰ ਗਏ, ਇਸੇ ਮੁੱਦੇ ਦੇ ਚੱਲਦਿਆਂ ਉਹ ਮੈਦਾਨ ਦੇ ਵਿੱਚ ਨੇ। ਅਗਰ BJP ਬਹੁਮਤ ਲੈਣ 'ਚ ਕਾਮਯਾਬ ਹੁੰਦੀ ਹੈ ਤਾਂ ਤੁਹਾਨੂੰ ਲੱਗਦਾ ਜਿਹੜੀ ਸਰਕਾਰ ਚੋਣਾਂ ਦੇ ਐਨ ਸਿਰ 'ਤੇ ਜਦੋਂ ਪੂਰਾ ਮਾਹੌਲ ਬਣ ਗਿਆ ਉਦੋਂ ਨਹੀਂ ਦਬਾਅ ਮੰਨਣ ਨੂੰ ਤਿਆਰ, ਤੁਹਾਨੂੰ ਲੱਗਦਾ ਕਿ ਉਹ ਸਰਕਾਰ 'ਤੇ ਫਿਰ ਗਾਂਹ ਜਾ ਕੇ ਦਬਾਅ ਬਣਾਇਆ ਜਾ ਸਕੇਗਾ ਅਗਰ ਇਹਨਾਂ ਦੀ ਸੱਤਾ 'ਚ ਵਾਪਸੀ ਹੁੰਦੀ ਹੈ? ਹਾਂ ਦੇਖੋ, ਇਹ 'ਚ ਕੋਈ ਰੌਲਾ ਨਹੀਂ, ਹੁਣ ਇਹ ਤਾਂ ਸਮਾਂ ਦੱਸੋ, ਇਹ ਵੀ ਸੱਤਾ 'ਚ ਵਾਪਸ ਆ ਸਕਦੇ ਆ, ਕੋਈ ਹੋਰ ਵੀ ਸੱਤਾ 'ਚ ਵਾਪਸ ਆ ਸਕਦਾ। ਦੇਖੋ, ਜਿੱਥੋਂ ਤੱਕ ਅੰਦੋਲਨ ਦੇ ਪੜਾਅ ਹੁੰਦੇ ਆ, ਇਹ ਅੰਦੋਲਨ ਦਾ ਆਹ ਜਿਹੜਾ ਸਰੂਪ ਆ ਇਹੀ ਸਰੂਪ ਰਹੇ ਇਹ ਨਹੀਂ ਹੈਗਾ, ਇਹ ਸਰੂਪ ਬਹੁਤ ਵਿਸ਼ਾਲ ਅਤੇ ਬਹੁਤ ਵੱਡਾ ਵੀ ਹੋ ਸਕਦਾ।
ਇੱਕ ਤਾਂ ਹਾਲੇ ਅਸੀਂ ਦੇਸ਼ ਵਿੱਚ ਪਹਿਲੀ ਵਾਰ ਹੋਊਗਾ ਜਦੋਂ ਦਾ ਦੇਸ਼ ਆਜ਼ਾਦ ਹੋਇਆ ਵੀ ਦੇਸ਼ ਦੇ ਲੋਕ ਨਵਾਂ ਪ੍ਰਧਾਨ ਮੰਤਰੀ ਚੁਣਨਗੇ ਅਤੇ ਉਦੋਂ ਪਹਿਲੀ ਵਾਰ ਅਸੀਂ ਕਿਸਾਨਾਂ ਮਜ਼ਦੂਰਾਂ ਦਾ ਏਜੰਡਾ ਪੂਰੇ ਦੇਸ਼ ਦੇ ਹਰ ਪਿੰਡ ਪਿੰਡ ਲੈ ਕੇ ਜਾਵਾਂਗੇ ਵੀ ਯਾਰ ਕਿ ਜਦੋਂ ਵੀ ਤੁਸੀਂ ਵੋਟਾਂ ਪਾਓ ਜਿਹਨੂੰ ਮਰਜ਼ੀ ਪਾਓ ਤੁਸੀਂ ਇਹ ਗੱਲ ਦਾ ਖਿਆਲ ਰੱਖੋ ਵੀ MSP ਲੀਗਲ ਗਰੰਟੀ ਕਾਨੂੰਨ ਸਾਡਾ ਮੁੱਖ ਮੁੱਦਾ ਵਾ ਦਿਮਾਗ 'ਚ ਰੱਖੇ ਕਿਸਾਨ ਮਜ਼ਦੂਰ ਨੂੰ ਕਰਜ਼ਾ ਮੁਕਤ ਕਰਨਾ ਹੈਗਾ C250 ਦੇ ਸਾਰ ਫਸਲਾਂ ਦੇ ਭਾਅ ਲੈਣੇ ਆ ਲਖੀਮਪੁਰ ਖੀਰੀ ਜਾਂ ਹੁਣ ਖਨੌਰੀ ਗੋਲੀਕਾਂਡ ਦਾ ਇਨਸਾਫ ਲੈਣੇ ਨਾਲ ਹੋਰ ਮੰਗਾਂ ਨੇ ਇਹ ਮੰਗਾਂ ਦਾ ਪ੍ਰਚਾਰ ਦੇਖੋ ਤੁਸੀਂ ਤੁਹਾਨੂੰ ਲੱਗਦਾ ਹੈ ਕਿ ਵੀ ਤੁਸੀਂ ਇਹ ਮਾਹੌਲ ਆ ਜਿਹੜਾ ਮੌਜੂਦਾ ਸਰਕਾਰ ਦੇ ਖਿਲਾਫ ਸਿਰਜ ਪਾਓਗੇ ਕਿਉਂਕਿ ਸਰਕਾਰਾਂ ਤੇ ਦਬਾਅ ਤੇ ਇਹੀ ਹੁੰਦਾ ਹੈ ਨਾ ਕਿ ਭਾਈ ਸਾਡੇ ਤਾਂ ਵੋਟਰ ਟੁੱਟ ਜੂਗਾ ਸਾਨੂੰ ਵੋਟ ਨਹੀਂ ਪੈਣੀ ਗੱਲ ਤਾਂ ਸਾਰੀ ਵੋਟਾਂ ਦੀ ਹੈ ਨਾ ਤੇ ਜੇ ਮੈਂ ਉਹੀ ਸਵਾਲ ਅੱਗੇ ਕੀਤਾ ਕਿ ਜੇ ਇਸ ਮਾਹੌਲ ਦੇ ਵਿੱਚ ਵੀ ਉਹ ਕਾਮਯਾਬ ਹੋ ਜਾਂਦੇ ਆ ਤਾਂ ਤੁਹਾਨੂੰ ਲੱਗਦਾ ਹੈ ਕਿ ਉਹ ਅੰਦੋਲਨ ਦੇ ਕਿਸੇ ਦਬਾਅ ਨੂੰ ਮੰਨਣਗੇ ਹਾਂ ਮੈਨੂੰ ਇਹ ਨਹੀਂ ਲੱਗਦਾ ਚੁਣੌਤੀ ਬਹੁਤ ਵੱਡੀ ਖੜੀ ਹੋਏਗੀ ਹਾਂ ਚੁਣੌਤੀਆਂ ਖੇਤੀ ਸੈਕਟਰ 'ਚ ਕੰਮ ਕਰਨ ਵਾਲਿਆਂ ਲਈ ਪਹਿਲਾਂ ਹੀ ਬਹੁਤ ਵੱਡੀਆਂ ਨੇ ਵੀ ਇਕੱਲਾ ਭਾਰਤ ਹੀ ਨਹੀਂ ਹੈ ਵੀ ਭਾਰਤ ਦੀ ਸੱਤਾ ਹੀ ਨਹੀਂ ਮਤਲਬ ਖੇਤੀ ਸੈਕਟਰ 'ਤੇ ਹਮਲਾ ਹੋ ਰਹੀ ਪੂਰੀ ਦੁਨੀਆ ਦੀਆਂ ਸੱਤਾ ਕਾਰਪੋਰੇਟ ਦੇ ਏਜੰਡੇ 'ਤੇ ਕੰਮ ਕਰ ਰਹੀਆਂ ਨੇ ਇਹ ਪੂਰੀ ਜਾਣਦੇ ਆਪਾਂ ਤੋ ਇਹ ਛੋਟੀ ਨਹੀਂ ਹੈ ਅਸੀਂ ਜਦੋਂ ਮੁੱਦਿਆਂ ਦੇ ਆਧਾਰ 'ਤੇ ਕੇਂਦਰ ਕਰਾਂਗੇ ਚੋਣ ਪ੍ਰਕਿਰਿਆ ਤੁਹਾਡਾ ਸਵਾਲ ਅਗਲੇ ਬੰਨੇ ਆ ਵੀ ਜੇ ਉਹ ਸੱਤਾ 'ਚ ਰਿਪੀਟ ਹੁੰਦੇ ਨੇ ਫਿਰ ਕੀ ਆ ਦੇਖੋ ਇਹ ਅੰਦੋਲਨ ਨੇ ਵਧਣਾ ਵਾ ਔਰ ਜਦੋਂ ਅੰਦੋਲਨ ਲੋਕਾਂ ਤੋਂ ਸਾਡਾ ਟੱਬਰ ਹੈਗਾ ਵਾ ਜੀ ਘੱਟੋ ਘੱਟ 80 ਕਰੋੜ ਟੱਬਰ ਆ ਜੀ ਸਾਡਾ ਆਪਣਾ ਅਤੇ ਕਿਸਾਨਾਂ ਦਾ ਪੰਜਾਬ ਵਿੱਚ 2 ਕਰੋੜ ਆ ਠੀਕ ਹੈ ਜੀ ਇਹ ਟੱਬਰ ਦੇ ਗਾੜੀ ਕੋਈ ਸਰਕਾਰ ਨਹੀਂ ਟਿਕ ਸਕਦੀ ਇਹਨੂੰ ਸਿਰਫ ਇਕੱਠਾ ਕਰਨ ਦੀ ਲੋੜ ਆ 90 ਕਰੋੜ ਦੇ ਆਸ ਪਾਸ ਚਲੋ ਵੋਟਰ ਕਰ ਲਓ ਤੁਸੀਂ ਕਹਿੰਦੇ 80 ਕਰੋੜ ਕਿਸਾਨਾਂ ਨਾਲ ਖੜੇ ਆ ਅਤੇ ਫਿਰ ਜੇ ਉਹ 80 ਕਰੋੜ ਦੇ ਵਿੱਚੋਂ ਤੁਸੀਂ ਅੱਧੋ ਵੱਧ ਵੀ ਅੱਧੋ ਵੀ ਨਾਲ ਲੈ ਕੇ ਤੁਰਦੇ ਹੋ ਤੁਹਾਨੂੰ ਲੱਗਦਾ ਕਿ ਕਾਮਯਾਬ ਹੋਵੋਗੇ ਦੇਖੋ ਫਿਰ ਉਹ ਸਰਕਾਰ ਦਬਾਅ ਕਿਉਂ ਨਹੀਂ ਮੰਨ ਰਹੀ ਇਸ ਢੰਗ ਨਾਲ ਨਹੀਂ ਸੀ ਸੋਚਦੇ ਪਿਆ ਜੇ ਵੋਟਰ ਦੇ ਰੂਪ ਵਿੱਚ ਕਿਸਾਨ ਕਿਹਦੇ ਨਾਲ ਆ ਕਿਸਾਨ ਤੇ ਦੇਸ਼ ਦਾ ਖੇਤ ਮਜ਼ਦੂਰ ਆਪਣੀਆਂ ਮੰਗਾਂ ਦੇ ਨਾਲ ਆ ਭਾਵੇਂ ਉਹ RSS ਦੇ ਨਾਲ ਜੁੜਿਆ ਇਹ ਉਹਦੀ ਸਮਝ ਆ ਦੇਖੋ ਇਹਦੇ ਤੇ ਅਸੀਂ ਕੋਈ ਗਿਣਤੀ ਨਹੀਂ ਕਰਦੇ ਤੁਸੀਂ ਇੱਕ ਮੈਸੇਜ ਕਨਵੇ ਕਰ ਸਕੋਗੇ ਉਹ ਮੈਸੇਜ ਕਨਵੇ ਕਰਨ ਦਾ ਤੁਹਾਡਾ ਕੀ ਇੱਕ ਪਾਸੇ ਚੋਣ ਪ੍ਰਚਾਰ ਚੱਲ ਰਿਹਾ ਹੋਣਾ ਤਾਂ ਉਸ ਵੇਲੇ ਕਿਸਾਨ ਆਗੂਆਂ ਦੀ ਕੀ ਰਣਨੀਤੀ ਰਹਿਣ ਵਾਲੀ ਆ ਕੀ ਕਿਸਾਨ ਆਗੂ ਤੇ ਕਿਸਾਨ ਜਥੇਬੰਦੀਆਂ ਆ ਪਿੱਛੇ ਜਿਹੜਾ ਮੈਂ ਕਾਫਲਾ ਦੇਖ ਰਿਹਾ ਇਸੇ ਤਰ੍ਹਾਂ ਇਸੇ ਜਗ੍ਹਾ ਤੇ ਪ੍ਰਦਰਸ਼ਨ ਕੰਟੀਨਿਊ ਰਹੇਗਾ ਜਾਂ ਫਿਰ ਜਦੋਂ ਚੋਣ ਪ੍ਰਚਾਰ ਸ਼ੁਰੂ ਉਹ ਤਾਂ ਹੋ ਹੀ ਗਿਆ ਪਰ ਜਦੋਂ ਪੀਕ ਵਾਲੇ ਪਾਸੇ ਨੂੰ ਵਧਣਾ ਤਾਂ ਉਸ ਵੇਲੇ ਤੁਹਾਡੀ ਕੀ ਰਣਨੀਤੀ ਰਹਿਣ ਵਾਲੀ ਹੈ ਦੇਖੋ 2 ਸਵਾਲ ਹੈ ਮੈਨੂੰ ਟਾਈਮ ਦੇ ਦਿਓ ਇੱਕ ਤਾਂ ਹੈਗਾ ਵੀ ਸਰਕਾਰ ਜਿਹੜਾ ਵਾ ਉਹ ਲਕਸ਼ਣਾਂ ਕੋਈ ਹਕੀਕੀ ਮੁੱਦਿਆਂ ਨੂੰ ਧਿਆਨ ਵਿੱਚ ਕੇ ਨਾ ਲੜਦੀਆਂ ਅਤੇ ਨਾ ਜਿੱਤਦੀਆਂ ਇੱਕ ਤਾਂ ਬਾਹੂਬਲ ਆ ਠੀਕ ਹੈ ਇੱਕ ਧਨ ਬਲ ਆ ਇੱਥੇ ਇੱਕ ਮੀਡੀਆ ਬਲ ਵੀ ਵਰਤਿਆ ਜਾਂਦਾ ਚੱਲਦਾ ਹੈ ਸਾਰਾ ਕੁਝ ਵੱਡੇ ਲੋਕ ਨੇ ਵੱਡਾ ਸਰਮਾਇਆ ਉਹਨਾਂ ਕੋਲ ਠੀਕ ਆ ਔਰ ਇਹੀ ਉਹ ਦਾਅ ਖੇਡ ਰਹੇ ਨੇ ਵੀ ਅਸੀਂ ਚੋਣਾਂ ਦੇ ਵਿੱਚ ਕਿਸਾਨ ਅੰਦੋਲਨ ਨੂੰ ਰੋਲ ਦਾਂਗੇ ਠੀਕ ਹੈ ਉਹਦੇ ਕੋਲ ਤਾਕਤ ਬਹੁਤ ਤਕੜੀ ਹੈ ਇਹ ਚ ਕੋਈ ਰੌਲਾ ਨਹੀਂ ਉਹ ਖਿੱਚਣਗੇ ਇੱਧਰ ਜਿਸ ਕਿਸਮ ਦੀ ਭਾਰਤ ਵਿੱਚ ਚੋਣਾਂ ਹੁੰਦੀਆਂ ਦੇਖੋ ਠੀਕ ਹੈ ਇਹ ਚ ਕੋਈ ਰੌਲਾ ਨਹੀਂ ਦੇਖੋ ਸਾਨੂੰ ਆਪਣੇ ਆਪ 'ਤੇ ਅਤੇ ਆਪਣੇ ਲੋਕਾਂ 'ਤੇ ਵਿਸ਼ਵਾਸ ਆ ਵੀ ਇਹਦੇ ਬਾਵਜੂਦ ਅੰਦੋਲਨ ਤੁਸੀਂ ਦੇਖੋਗੇ ਤੁਸੀਂ ਵੱਖ ਵੱਖ ਸਮਿਆਂ 'ਚ ਆਉਂਦੇ ਰਹਿਣਾ ਇਸ ਅੰਦੋਲਨ ਨੂੰ ਵਧਾਉਣਾ ਕਿਵੇਂ ਇਸ ਅੰਦੋਲਨ ਵਿੱਚ ਸਾਡੀ ਅੱਧੀ ਆਬਾਦੀ ਮਾਵਾਂ ਭੈਣਾਂ ਦੀ ਆ ਉਹਦੀ ਸ਼ਮੂਲੀਅਤ ਹਾਲੇ ਬਾਕੀ ਆ ਅਸੀਂ ਉਹਦਾ ਪਲਾਨ ਕਰਕੇ ਜੇ ਮੈਨੂੰ ਤੁਸੀਂ ਵੇਖਿਆ ਵੀ ਆਪਣੇ ਜ਼ਿਲ੍ਹੇ 'ਚ ਗਿਆ ਘੱਟੋ ਘੱਟ ਮੈਂ ਆਪਣੇ ਵਰਕਰ ਜਿਹੜੇ ਸੀ 1500 ਵਰਕਰ ਨਾਲ ਇਕੱਲੇ ਇੱਕ ਜ਼ਿਲ੍ਹੇ 'ਚ ਗੱਲ ਕਰਕੇ ਆਇਆ ਹਜੇ ਉਹਦਾ ਇੱਕ ਚੌਥਾ ਹਿੱਸਾ ਵਰਕਰ ਇੱਥੇ ਬੈਠੇ ਸਾਡੀਆਂ ਵੀ ਫੁੱਲ ਤਿਆਰੀਆਂ ਵੀ ਅਸੀਂ ਇਸ ਅੰਦੋਲਨ ਨੂੰ ਲੰਮਾ ਭਰਪੂਰ ਗਿਣਤੀ ਨਾਲ ਕਿਵੇਂ ਚਲਾਉਣਾ ਵਾ ਪਰ ਦੇਖੋ ਜੇ ਉਹਨਾਂ ਦਾ ਪੱਤਾ ਇਹ ਵੀ ਖਤਮ ਹੋ ਗਿਆ ਵੀ ਉਹ ਕਿਸਾਨ ਅੰਦੋਲਨ ਨੂੰ ਏਡੀ ਜਿਹੜੀ ਆਂਧੀ ਹਨੇਰੀ ਚੱਲਣੀ ਆ ਇਲੈਕਸ਼ਨਾਂ ਦੀ ਉਹਦੇ ਵਿੱਚ ਵੀ ਰੋਲ ਨਾ ਪਾਏ ਤਾਂ ਉਹਨਾਂ ਦਾ ਦਿਮਾਗ ਠਣਕੂਗਾ ਵੀ ਇਹ ਮੰਗਾਂ ਮਨਾਉਣਗੇ ਤਾਂ ਇਹ ਅੰਦੋਲਨ ਹੋਰ ਬਿਲਡ ਹੋਊਗਾ ਜਿਹੜਾ ਸਾਡਾ ਪਰਿਵਾਰ ਹੈਗਾ ਮੰਗਾਂ 'ਤੇ
ਭਾਜਪਾ ਦਾ ਵੋਟਰ ਵੀ ਸਾਡੇ ਨਾਲ ਖੜਾ, ਉਹਨੂੰ ਵੀ MSP ਚਾਹੀਦੀ, ਉਹਦੇ ਨਾਲ ਗੱਲ ਅਸੀਂ ਕਰਦੇ ਹਾਂ, ਵੋਟ ਭਾਵੇਂ ਭਾਜਪਾ ਨੂੰ ਪਾਵੇ ਇਹ ਸਾਡਾ, ਪਰ ਉਹ ਕਹਿੰਦਾ ਗੱਲ ਟੋਡੀ ਠੀਕ ਆ, ਭਾਵੇਂ RS ਨਾਲ ਜੁੜਿਆ ਹੋਇਆ, ਮੰਗਾਂ ਤੇ ਉਹ ਸਾਡੇ ਨਾਲ ਖੜੂਗਾ, ਅੰਦਰੋਂ ਅੰਦਰੂਨੀ ਸੇਕ ਇਲੈਕਸ਼ਨ ਹੋਵੇ ਚਾਹੇ ਨਾ ਹੋਵੇ, ਮਤਲਬ ਸਾਡਾ ਅੰਦੋਲਨ ਸੱਤਾ ਬਦਲਣ ਲਈ ਨਹੀਂ, ਮੇਰੀ ਇੱਕ ਬੇਨਤੀ, ਸੱਤਾ ਬਦਲਣ ਲਈ ਨਹੀਂ, ਸੱਤਾ ਕੋਲੇ ਮੰਗਾਂ ਮਨਾਉਣ ਵਾਸਤੇ, ਠੀਕ ਆ। ਹੁਣ ਇਹ ਦੇਸ਼ ਦੇ ਲੋਕਾਂ ਦੇ ਸਿਰ ਤੇ ਸੱਤਾ ਤੇ ਸੱਤਾ ਦੇ ਵਿੱਚ ਆਉਣ ਦਾ ਜਾਂ ਸੱਤਾ ਚ ਬਾਹਰ ਕਰਨ ਦੇ ਹੁੰਦਾ ਨਾ ਜੀ, ਠੀਕ ਆ। ਦੇਖੋ ਦੋ ਕੰਮ ਆ, ਜੇ ਦੇਖੋ ਜੇ ਤਾਂ ਸਾਡੀਆਂ ਗੱਲਾਂ ਅਸੀਂ ਜਿਹੜੀਆਂ ਲੈ ਕੇ ਜਾਣੀਆਂ, ਅਰੇ ਇਹ ਜਾਣੀਆਂ ਵੀ ਹੈ, ਹਾਲੇ ਅੱਜ ਇਹਦਾ ਡਿਸੀਜਨ ਲੈਣਾ ਮੈਨੂੰ ਲੱਗਦਾ ਠੀਕ ਨਹੀਂ ਹੈ, ਇਹ ਤਾਂ ਅਸਲ ਡਿਸੀਜਨ ਇਹਦਾ ਜਦੋਂ ਜੂਨ ਚ ਨਤੀਜੇ ਆਉਣਗੇ ਉਦੋਂ ਸਹੀ ਹੋਊਗਾ, ਵੀ ਜਿਹੜੀ ਤੁਸੀਂ ਗੱਲ ਕਰ ਰਹੀ ਉਹ ਵੀ ਹੋ ਸਕਦੀ, ਹੋਰ ਵੀ ਹੋ ਸਕਦੀ। 2.5 ਮਹੀਨੇ ਦੇ ਕਰੀਬ ਸਮਾਂ ਪੈ ਗਿਆ, 1 ਜੂਨ ਹਜੇ ਕਿੱਥੇ ਜਾ ਕੇ, ਤਾਂ ਇਹ 2.5 ਮਹੀਨੇ ਇਹ ਅੰਦੋਲਨ ਨੂੰ ਅਸੀਂ ਕਿਵੇਂ ਦੇਖੀਏ? ਦੇਖੋ ਅੰਦੋਲਨ ਨੂੰ ਇਸ 2.5 ਮਹੀਨਿਆਂ ਵਿੱਚ ਅਸਲ ਰੂਪ ਮਿਲੂਗਾ। ਦੇਖੋ ਜਿਹੜਾ ਅਸੀਂ ਦੇਖਦੇ ਕਦੀ ਵੀ ਸਾਡੀਆਂ ਇਲੈਕਸ਼ਨਾਂ ਕਿਸਾਨ ਮਜ਼ਦੂਰ ਦੇ ਮੁੱਦਿਆਂ ਦੇ ਦੁਆਲੇ ਕਦੀ ਵੀ ਨਹੀਂ ਘੁੰਮਦੀਆਂ, ਜਾਂ ਤਾਂ ਕਾਰਪੋਰੇਟ ਦਾ ਏਜੰਡਾ ਹੁੰਦਾ ਜਿਹੜਾ ਅਖੌਤੀ ਵਿਕਾਸ ਮਾਡਲ ਜਿਹੜਾ ਅਸੀਂ ਕਮਾ ਪਾਉਂਗੇ, ਬਿਲਕੁਲ ਬਿਲਕੁਲ। ਤੁਸੀਂ ਦੇਖੋ ਉਹਦੀ ਮੈਂ ਤੁਸੀਂ ਬਿਆਨਾਂ ਤੋਂ ਲਾ ਲਿਓ, ਹੁਣ ਵੀ ਬਿਆਨ ਆ ਰਹੇ ਨਾ, ਇੱਕ ਬਿਆਨ ਤਾਂ ਹੁਣ ਵੀ ਆ ਰਿਹਾ ਕਈਆਂ ਦੇ, ਇੱਕ ਤਾਂ ਇਹ ਹੈਗਾ ਵੀ ਅਸੀਂ ਇਹਦੇ ਦੁਆਲੇ ਘੁਮਾਵਾਂਗੇ, ਜਿਹੜਾ ਧਾਰਮਿਕ ਇਮੋਸ਼ਨਲ ਬਲੈਕਮੇਲ ਦਾ ਏਜੰਡਾ ਵਾ ਚੱਲਦਾ ਵੀ ਬਹੁ ਗਿਣਤੀ ਨੂੰ ਖੁਸ਼ ਕਰਕੇ ਆਪਾਂ ਇਲੈਕਸ਼ਨ ਜਿੱਤ ਲਾਂਗੇ, ਠੀਕ ਆ, ਉਹ ਸੰਭਵ ਨਹੀਂ ਹੋ ਸਕੂਗਾ। ਇੱਥੇ ਰੋਟੀ ਕੱਪੜਾ ਮਕਾਨ ਦੇ ਨਾਂ 'ਤੇ ਇਲੈਕਸ਼ਨ ਜਿੱਤੇ ਗਏ, ਮਤਲਬ ਗਰੀਬੀ ਦੇ ਨਾਂ 'ਤੇ ਇਲੈਕਸ਼ਨ ਜਿੱਤੇ ਗਏ, ਇੱਥੇ ਹੋਰ ਕਈਆਂ ਗੱਲਾਂ 'ਤੇ ਨਾਂ 'ਤੇ ਇਲੈਕਸ਼ਨ ਜਿੱਤੇ ਗਏ, ਭ੍ਰਿਸ਼ਟਾਚਾਰ ਦੇ ਨਾਂ 'ਤੇ ਇਲੈਕਸ਼ਨ ਜਿੱਤ ਲਏ ਗਏ, ਭ੍ਰਿਸ਼ਟਾਚਾਰ ਮੁਕਾਇਆ ਨਹੀਂ ਹੈਗਾ, ਜਿਹੜੇ ਭ੍ਰਿਸ਼ਟਾਚਾਰ ਵੀ ਮੁੱਕਾ ਹੈਗਾ। ਅਸੀਂ ਕਿਸਾਨ ਮਜ਼ਦੂਰ ਦੇ ਅਸਲ ਮੁੱਦਿਆਂ ਦੇ ਦੁਆਲੇ ਇਹ ਚੋਣ ਕੰਪੇਨ ਨੂੰ ਖਿੱਚ ਕੇ ਰਹਾਂਗੇ। ਔਰ ਦੇਖੋ ਅੱਜ ਜਿਵੇਂ ਹੁਣ ਬੋਲ ਰਹੇ ਨੇ, ਬੇਸ਼ੱਕ ਤੁਸੀਂ ਕਹੋਗੇ ਵਿਰੋਧੀ ਧਿਰਾਂ ਨੇ, ਉਹ ਵੀ ਕਦੀ ਸੱਤਾ 'ਚ ਰਹੀਆਂ, ਔਰ ਕਿਸਾਨ ਅੰਦੋਲਨ ਖਤਮ ਨਹੀਂ ਹੋਇਆ, ਅਸੀਂ ਤੁਹਾਡੇ ਮਾਧਿਅਮ ਨਾਲ ਕਹਿੰਦੇ ਹੁਣ ਜਿਹਨੇ ਜੋ ਕੁਝ ਬੋਲਣਾ ਨਾ ਸੋਚ ਕੇ ਬੋਲੇ, ਇਹ ਅੰਦੋਲਨ ਖੜਾ ਆ, ਇਹ ਅੰਦੋਲਨ ਆਪਣੀਆਂ ਮੰਗਾਂ ਨੂੰ ਮਨਾਊਗਾ ਜਿਹੜੀ ਕੋਈ ਕਮਿਟਮੈਂਟ ਕਰੂਗਾ। ਤਾਂ ਇਸ ਕਰਕੇ ਸੱਤਾਧਾਰੀ ਤਾਂ ਕਮਿਟਮੈਂਟ ਆ, 10 ਸਾਲ ਉਹਨਾਂ ਨੇ ਰਾਜ ਭਾਗ ਪੂਰਾ ਕਰ ਲਿਆ, 10 ਸਾਲਾਂ 'ਚ ਉਹਨਾਂ ਨੇ ਜੋ ਕੁਝ ਸਾਡੇ ਸਾਹਮਣੇ ਕੀਤਾ ਉਹ ਸਾਡੇ ਸਾਹਮਣੇ ਹੈਗਾ। ਇਸ ਕਰਕੇ ਮੈਨੂੰ ਲੱਗਦਾ ਉਹਦੇ ਦੁਆਲੇ ਜਿਹੜਾ ਸਾਡਾ ਪਲਾਨ ਆ ਇਹ ਆ ਵੀ ਅਸੀਂ ਪੂਰੇ ਦੇਸ਼ ਤੱਕ ਘਰ ਗਾਹਾਂ, ਜਿਵੇਂ ਸ਼ਹੀਦ ਸੁਭਕਰਨ ਸਿੰਘ ਦੀ ਕਲਸ਼ ਯਾਤਰਾ ਹੁਣ ਹਰਿਆਣੇ 'ਚ ਦੂਜਾ ਦਿਨ ਹੋ ਗਿਆ, ਪਿੰਡਾਂ 'ਚ ਆਪਾਂ ਜਾ ਹੀ ਰਹੇ, ਇਹ ਪੂਰੇ ਦੇਸ਼ ਭਰ ਵਿੱਚ ਜਾਵਾਂਗੇ, ਚਲਾਉਣਗੇ ਉੱਧਰ ਪੋਲੀਟੀਕਲ ਪਾਰਟੀਆਂ ਦੀ ਕੰਪੇਨ ਤੇ ਇੱਧਰ ਕਿਸਾਨਾਂ ਦੀ ਪੈਰਲ ਕੰਪੇਨ ਚੱਲੇਗੀ। ਬਿਲਕੁਲ, ਕਿਸਾਨਾਂ ਮਜ਼ਦੂਰਾਂ ਦੇ ਏਜੰਡੇ ਤੇ ਸ਼ਹੀਦ ਸੁਭਕਰਨ ਸਿੰਘ ਜੀ ਦੀਆਂ ਕਲਸ਼ ਯਾਤਰਾ ਨੂੰ ਸ਼ੁਰੂ ਕਰਕੇ, ਔਰ ਜਿਹੜੀਆਂ ਵੱਡੀਆਂ ਮਹਾਂ ਪੰਚਾਇਤਾਂ ਕਰਾਂਗੇ ਉਹਦੇ ਵਿੱਚ ਅਸੀਂ ਆਪਦਾ ਏਜੰਡਾ ਲੋਕਾਂ ਸਾਹਮਣੇ ਰੱਖਾਂਗੇ। ਔਰ ਜੋ ਕੁਝ ਸਾਡੇ ਨਾਲ ਬਾਰਡਰਾਂ ਤੇ ਹੋਇਆ, ਜਿਵੇਂ ਇਸ ਸਰਹੱਦਾਂ ਦੀ ਰਾਜ ਵਾਲੀ ਜਿਹੜੀ ਬਾਉਂਡਰੀ ਸੀ ਇਹਨੂੰ ਕੌਮਾਂਤਰੀ ਬਾਉਂਡਰੀ ਜਿਵੇਂ ਬਣਾ ਦਿੱਤਾ ਗਿਆ, ਔਰ ਜਿਵੇਂ ਹਾਈਵੇ ਤੇ ਦੁਬਾਰਾ ਰੱਖਿਆ ਗਿਆ, ਸਾਡਾ ਕੰਮ ਹੈ ਸਰਕਾਰ ਦੇ ਅਸਲ ਚਿਹਰੇ ਨੂੰ ਨੰਗਾ ਕਰਨਾ। ਔਰ ਅਸੀਂ ਵਾਰ ਵਾਰ, ਇੱਕ ਵਾਰੀ ਨਹੀਂ 100 ਵਾਰ ਲੋਕਾਂ ਦੇ ਸਵਾਲ ਖੜਾਂਗੇ ਵੀ ਦੇਸ਼ ਦੀ ਰਾਜਧਾਨੀ ਦੇ ਵਿੱਚ ਜਾ ਕੇ ਪੀਸਫੁਲੀ ਢੰਗ ਨਾਲ ਅੰਦੋਲਨ ਕਰਨਾ ਕਿਹੜਾ ਗੁਨਾਹ ਵਾ। ਇੱਕ ਵਾਰ ਸਰਕਾਰ ਵੱਲੋਂ ਫਿਰ ਸੰਕੇਤ ਆਇਆ ਸੀ ਕਿ 5 ਫਸਲਾਂ ਤੇ MSP ਦੀ ਗਰੰਟੀ, ਠੀਕ ਹੈ ਮੈਂ ਤੁਹਾਡਾ ਜਵਾਬ ਦਿੰਦਾ, ਇੱਕ ਥੋੜ੍ਹਾ ਹੋਰ ਸੋਚ ਲਓ, ਸਾਡਾ ਤਾਂ ਨਾਰਾ ਹੋਊਗਾ ਵੀ ਸਰਕਾਰ ਉਹ ਲਿਆਇਓ ਜਿਹੜੀ ਟਰੈਕਟਰ ਟਰਾਲੀਆਂ ਰਾਹੀਂ ਤੁਹਾਨੂੰ ਦੇਸ਼ ਦੀ ਰਾਜਧਾਨੀ ਵਿੱਚ ਜਾ ਕੇ ਅੰਦੋਲਨ ਕਰਨ ਦਾ ਹੱਕ ਦੇ, ਇਹ ਲੋਕਾਂ ਨੇ ਸੋਚਣਾ। ਹੁਣ ਤੁਹਾਡਾ 5 ਫਸਲਾਂ ਵਾਲਾ ਆ ਗਿਆ, ਦੇਖੋ ਉਹਦੇ 'ਚ ਤਾਂ 5 ਫਸਲਾਂ ਤੇ ਪਲੱਸ ਵੀ ਗੱਲ ਹੋ ਰਹੀ ਸੀ ਵੀ ਤੁਸੀਂ 2-3 ਚਾਹੋ ਤਾਂ ਹੋਰ ਪਾ ਲੈਂਦੇ ਹਾਂ ਇਹ ਤਾਂ, ਪਰ ਸਵਾਲ ਸੀਗਾ ਵੀ ਠੇਕਾ ਖੇਤੀ ਨੂੰ ਮੰਨ ਲਈਏ, ਠੀਕ ਆ, ਠੇਕਾ ਖੇਤੀ ਕਿਸੇ ਨੇ ਨਹੀਂ ਮੰਨਣਾ ਹੈਗਾ, ਤੁਸੀਂ 23 ਫਸਲਾਂ 'ਤੇ ਐਲਾਨ ਕਰ ਰਹੇ ਜੇ,
ਉਹ ਵੀ ਕੁੱਲ ਜੋ ਵੀ ਫਸਲਾਂ ਅਸੀਂ ਬੀਜਦੇ ਉਹਦਾ 28% ਦਾ ਰੇਟ ਤੈਅ ਹੁੰਦਾ। ਇਹ ਤਾਂ ਆਂਕੜੇ ਅਸੀਂ ਕੱਢ ਲਏ, ਜਾਣੀ ਜਿੰਨੀਆਂ ਫਸਲਾਂ ਅਸੀਂ ਪੈਦਾ ਕਰ ਰਹੇ ਉਹ 'ਚੋਂ 28% ਦਾ ਹੀ ਰੇਟ ਤੈਅ ਕਰ ਰਹੇ। ਚੱਲ ਗੰਨੇ ਦੀ ਅੱਡ ਕਿਸਮ ਆ, ਕੁਛ ਬੋਰਡ ਬਣੇ ਹੋਏ ਦੇਸ਼ ਭਰ 'ਚ ਉਹ ਅੱਡ ਖਰੀਦ ਕਰਦੇ ਨੇ। ਅਸੀਂ ਇੱਕ ਆਧਾਰ ਬਣਾਇਆ ਵੀ ਇਹ ਮੁੱਢਲੇ ਪੜਾਅ 'ਚ ਇਹ ਗੱਲ ਨੂੰ ਪੂਰਾ ਕਰ ਦਿਓ ਘੱਟੋ ਘੱਟ, ਠੀਕ ਆ। ਤੁਹਾਡੇ ਲਈ ਤਾਂ ਕੋਈ ਵੱਡਾ ਮਸਲਾ ਨਹੀਂ, ਤੁਸੀਂ ਦੇ ਤਾਂ ਰਹੇ ਹੋ MSP, ਐਲਾਨ ਤਾਂ ਰਹੇ ਹੋ, ਹੁਣ ਇਹਦੀ ਖਰੀਦ ਕਰਾ ਦਿਓ। ਇਦੋਂ ਗਾਹਾਂ ਬਾਕੀ ਫਸਲਾਂ ਦਾ ਰੇਟ ਇਸੇ ਢੰਗ ਨਾਲ ਗਾਹਾਂ ਤੈਅ ਹੋਜੂ, ਉਹ ਮੰਡੀ ਬਾਰੇ ਹੌਲੀ ਹੌਲੀ ਅੱਗੇ ਵਧਿਆ ਜਾ ਸਕੋ। ਪਰ ਉਹ ਕੰਟਰੈਕਟ ਬੇਸ ਫਾਰਮਿੰਗ ਤੇ ਸਾਨੂੰ ਖਿੱਚਣਾ ਚਾਹੁੰਦੇ ਆ, ਜਿਹੜਾ ਹਰਿਆਣੇ ਵਿੱਚ ਤੇ ਰਾਜਸਥਾਨ ਵਿੱਚ ਇਹ ਮਾਡਲ ਪਹਿਲਾਂ ਫੇਲ ਹੋ ਚੁੱਕਾ। ਪਰ ਸਾਹਿਬ ਕਿਤੇ ਨਾ ਕਿਤੇ ਤੁਹਾਨੂੰ ਇਹ ਨਹੀਂ ਲੱਗਦਾ ਕਿ ਕਈ ਲੋਕ ਸਾਨੂੰ ਵੀ ਸਵਾਲ ਕਰ ਦਿੰਦੇ ਆ ਕਿ ਲੋਕਾਂ ਦੇ ਜ਼ਿਹਨ ਦੇ ਵਿੱਚ ਇਹ ਤਸਵੀਰ ਹੈ ਕਿ ਸ਼ਾਇਦ ਕਿਸਾਨ ਸਰਕਾਰ ਤੋਂ MSP ਮੰਗਦੇ ਆ ਤੇ ਸਰਕਾਰ ਤੋਂ ਫਸਲ ਦਾ ਰੇਟ ਮੰਗਦੇ ਆ, ਇਹ ਸ਼ਾਇਦ ਇੱਕ ਲੋਕਾਂ ਦੇ ਵਿੱਚ ਧੁੰਦਲੀ ਤਸਵੀਰ ਹੈ। ਤੁਸੀਂ ਹਲੇ ਤੀਕਰ ਤੁਹਾਨੂੰ ਨਹੀਂ ਲੱਗਦਾ ਕਿ ਸ਼ਾਇਦ ਉਹ ਕੰਪੇਨ ਪ੍ਰੋਪਰ ਨਹੀਂ ਚਲਾ ਸਕੇ ਜਾਂ ਫਿਰ ਲੋਕਾਂ 'ਚ ਤੁਸੀਂ ਕਨਵੇ ਨਹੀਂ ਕਰ ਸਕੇ ਕਿ MSP ਤਾਂ ਆਲਰੇਡੀ ਸਰਕਾਰ ਹਰ ਸਾਲ ਐਲਾਨ ਕਰਦੀ ਹੈ ਅਤੇ ਕਿਸਾਨ ਆਗੂ ਜਾਂ ਕਿਸਾਨ ਤਾਂ ਸਿਰਫ ਇਹ ਕਹਿੰਦਾ ਹੈ ਕਿ ਮੇਰਾ ਉਸੇ MSP 'ਤੇ ਜਿਹੜੀ ਸਰਕਾਰ ਨੇ ਐਲਾਨ ਕੀਤੀ ਹੈ ਉਹਦੇ 'ਤੇ ਫਸਲ ਆ ਜਿਹੜੀ ਖਰੀਦੀ ਜਾਵੇ, ਚਾਹੇ ਵਪਾਰੀ ਖਰੀਦ ਲਏ ਅਤੇ ਚਾਹੇ ਸਰਕਾਰ ਖਰੀਦ ਲਏ, ਉਹਦੀ ਗਰੰਟੀ ਕਿਸਾਨ ਮੰਗਦਾ। ਨਹੀਂ ਲੱਗਦਾ ਕਿ ਇਹ ਵੀ ਇੱਕ ਲਾਈਨ ਦਾ ਅੰਦੋਲਨ ਆ, ਸਪਾਈਟੀ ਸ਼ਬਦਾਂ 'ਚ ਆਪਾਂ ਸਮਝੀਏ, ਪਰ ਉਹ ਕਨਵੇ ਨਹੀਂ ਹੋ ਪਾ ਰਿਹਾ, ਲੋਕਾਂ ਨੂੰ ਲੱਗਦਾ ਕਿ ਪਤਾ ਨਹੀਂ ਕਿਸਾਨ ਕੀ ਮੰਗਦੇ। ਦੇਖੋ ਐਂ ਨਹੀਂ ਹੈਗਾ, ਕਿਸਾਨਾਂ ਵਿੱਚ ਤਾਂ ਸਾਰਾ ਇਹ ਕਨਵੇ ਹੈ, ਇੱਕ ਮਤਲਬ ਸਰਕਾਰ ਦਾ ਜਿੱਡਾ ਵੱਡਾ ਪ੍ਰਚਾਰ ਪ੍ਰੋਪੋਗੰਡਾ ਵਾ, ਜਿੱਡਾ ਵੱਡਾ ਉਹਨਾਂ ਕੋਲ ਛੋਟਾ ਸੋਸ਼ਲ ਨੈਟਵਰਕ ਆ, ਜਿਵੇਂ ਉਹ ਚੀਜ਼ਾਂ ਨੂੰ ਕ੍ਰੀਏਟ ਕਰਦੇ ਆ, ਭੰਬਲ ਭੂਸਾ 'ਤੇ ਪਾਉਣ ਦਾ ਯਤਨ ਕਰਦੇ ਆ। ਪਰ ਸਵਾਲ ਤਾਂ ਸਿਰਫ ਇੰਨਾ ਹੀ ਆ ਵੀ ਜਿਹੜੀ ਤੁਸੀਂ MSP ਦਾ ਐਲਾਨ ਕਰਦੇ ਹੋ ਉਸੇ ਰੇਟ 'ਤੇ ਸਾਡੀ ਫਸਲ ਖਰੀਦ ਲਓ, ਉਦੋਂ ਹੇਠੇ ਕਿਉਂ ਨਹੀਂ ਖਰੀਦਦਾ ਤਾਂ ਕਰ ਰਿਹਾ ਨਹੀਂ ਖਰੀਦਦਾ। ਮਤਲਬ ਅਸੀਂ ਤਾਂ ਐਗਜ਼ਾਮਪਲ ਦੇਣੇ, ਮਸਲਨ ਟਰੈਕਟਰ ਆ, ਟਰੈਕਟਰ ਦਾ ਇੱਕ ਕੀਮਤ ਤਾਂ ਤੈਅ ਆ, ਤੁਸੀਂ ਦੱਸੋ ਇਹਨਾਂ ਨੂੰ ਪੁੱਛੋ ਵੀ ਤੁਸੀਂ ਇਹ ਤੋਂ ਹੱਥੋਂ ਵੇਚੋ ਹੀ ਵੇਚਣ ਦੇਣਗੇ। ਮਤਲਬ ਕਾਰਾਂ ਵਾ, ਕਾਰਾਂ ਦੀ ਇੱਕ ਕੀਮਤ ਹੈ, ਕਾਰਾਂ ਨੂੰ ਕਹੋ ਵੀ ਤੁਸੀਂ ਜਿਹੜੀ ਦਾਲ ਚੌਲ ਤੁਸੀਂ ਬਾਜ਼ਾਰ 'ਚ ਲੈਣ ਜਾਂਦੇ ਹੋ ਉਹਦੇ ਤੋਂ ਹੀ ਪ੍ਰਿੰਟ ਆ ਰੇਟ, ਬਿਲਕੁਲ ਜਿਹੜੀ ਜੇ ਉਹ ਸਾਨੂੰ ਤਾਂ ਸਰਕਾਰ ਦੇ ਰਹੀ ਵੀ ਘੱਟੋ ਘੱਟ, ਸਰਕਾਰ ਆਪੋ ਆਪੋ MSP ਗਰੰਟੀ ਕਰਾਉਂਦਾ, ਮਤਲਬ ਘੱਟੋ ਘੱਟ ਸਾਨੂੰ ਰੇਟ ਮਿਲ ਰਿਹਾ। ਅਸੀਂ ਕਹਿੰਦੇ ਘੱਟੋ ਘੱਟ ਤਾਂ ਗਰੰਟੀ ਕਰ ਦਿਓ ਵੀ ਇਹਦੋਂ ਥੱਲੇ ਨਹੀਂ ਵਿਕਾ ਖਰੀਦਾਂਗੇ ਆਪਾਂ, ਅਸੀਂ ਤਾਂ ਇਸ ਮੰਗ 'ਤੇ ਗੱਲ ਕਰ ਰਹੇ। ਅੱਛਾ, ਆਖਿਰ ਦੇ ਵਿੱਚ ਮੈਂ ਸਮਝਣਾ ਚਾਹੂੰਗਾ ਕਿ ਕੋਈ ਆਉਣ ਵਾਲੇ ਦਿਨ ਦੇ ਵਿੱਚ ਅੰਦੋਲਨ ਜਿਹੜਾ ਹੈਗਾ ਉਹਦੇ ਲਈ ਤੁਸੀਂ ਕੋਈ ਪਲਾਨ ਕਰ ਲਿਆ, ਆਉਣ ਵਾਲੇ ਦਿਨਾਂ ਵਿੱਚ ਕਿਸ ਤਰ੍ਹਾਂ ਦਾ ਐਕਸ਼ਨ ਜਿਹੜਾ ਉਹ ਨਜ਼ਰ ਆ ਸਕਦਾ? ਹਾਂ ਦੇਖੋ, ਇਹ ਹਰ ਹਫ਼ਤੇ ਹਰ ਦਿਨ ਮੀਟਿੰਗਾਂ ਦਾ ਸਿਲਸਿਲਾ ਜਾਰੀ ਰਹਿੰਦਾ, ਹਰ ਪ੍ਰਸਥਿਤੀ ਨੂੰ ਆਪਾਂ ਭਾਂਫ ਰਹੇ ਹੁੰਦੇ, ਦੇਖ ਰਹੇ ਹੁੰਦੇ। ਹੁਣ ਤਾਂ ਹੈਗਾ ਵੀ ਜਿਹੜਾ ਉਹਨਾਂ ਦਾ ਇੱਕ ਜਿਹੜਾ ਸਾਡੇ 'ਤੇ ਅਟੈਕ ਆ ਵੀ ਉਹ ਚੋਣਾਂ ਦੇ ਵਿੱਚ ਇਸ ਤਰੀਕੇ ਨਾਲ ਹਨੇਰੀ ਚਲਾਉਣਗੇ ਵੀ ਉਹ ਕਿਸਾਨ ਅੰਦੋਲਨ ਨੂੰ ਮੀਡੀਆ ਦੀ ਪਿਕਚਰ 'ਚੋਂ ਗੈਪ ਕਰਨਗੇ, ਜਿਹੜਾ ਉਹ ਕਰ ਰਹੇ ਨੇ, ਔਰ ਅਸੀਂ ਆ ਵੀ ਅੰਦੋਲਨ ਨੂੰ ਵੱਡਾ ਕਰਨਾ ਵਾ, ਔਰ ਅਸੀਂ ਇਹ ਤਾਂ ਹੁਣ ਸਮਾਂ ਤੁਹਾਡੇ ਨਾਲ ਬੈਠੇ, ਠੀਕ ਹੈ ਜੀ, ਚਲੋ ਅਸੀਂ ਹੁਣ ਇਸ ਅੰਦੋਲਨ ਨੂੰ ਵੱਡਾ ਕਰਨਾ ਵਾ, ਔਰ ਤੁਹਾਨੂੰ ਇਹ ਵੱਡਾ ਹੁੰਦਾ ਨਜ਼ਰ ਆਊਗਾ ਜਦੋਂ ਐਨ ਪੰਜਾਬ ਦੇ ਵਿੱਚ ਵਾਢੀ ਹੋਊਗੀ। ਮੈਂ ਅਸੀਂ ਪ੍ਰੈਸ ਕਾਨਫਰੰਸ ਵੀ ਚੇਚੀ ਸੱਦਾਂਗੇ ਔਰ ਤੁਹਾਨੂੰ ਗਿਣਤੀ ਵੀ ਦਿਖਾਵਾਂਗੇ ਵੀ ਲੋਕ ਦੇਖੋ ਜਿਨ੍ਹਾਂ ਦੀ ਰੋਜ਼ੀ ਰੋਟੀ, ਜਿਨ੍ਹਾਂ ਦੀ ਜ਼ਿੰਦਗੀ ਮੌਤ ਇਸ ਫਸਲ ਨਾਲ ਜੁੜੀ ਹੋਵੇ, ਬਾਈ ਉਹ ਕੰਮ ਦੀਆਂ ਵਾਢੀਆਂ ਵਿੱਚ ਕੰਮ ਵੀ ਕਰਨਗੇ ਅਤੇ ਅੰਦੋਲਨ ਵੀ ਲੜਨਗੇ, ਇਹ ਸਰਕਾਰ ਨੂੰ ਭੁਲੇਖਾ। ਕੁਝ ਸਾਥੀ ਬੇਸ਼ੱਕ ਤੁਹਾਡੇ ਨਾਲ ਸਿੱਧੀ ਗੱਲਬਾਤ ਨਹੀਂ ਹੁੰਦੀ ਹੋਣੀ ਅਤੇ ਪਰ ਉਹ ਤਾਂ ਦਿੱਲੀ ਪ੍ਰਦਰਸ਼ਨ ਕਰਕੇ ਆਏ। ਹਾਂ ਦੇਖੋ, ਉਹ 'ਚ ਦੋਵੇਂ ਤਰ੍ਹਾਂ ਅਸੀਂ ਸੰਘਰਸ਼ ਕਰਨਾ ਚਾਹੁੰਦੇ ਹਾਂ, ਸੰਘਰਸ਼ ਦਾ ਥੋੜ੍ਹਾ ਤਰੀਕੇ 'ਚ ਫਰਕ ਆ, ਦੋਵੇਂ ਤਰ੍ਹਾਂ ਸੰਘਰਸ਼ ਕਰਨਾ ਚਾਹੁੰਦੇ ਕੇਂਦਰ ਦੇ ਖਿਲਾਫ਼। ਔਰ ਮੰਜੇ ਤੇ ਕਿਉਂ ਨਹੀਂ ਪੈਂਦੇ? ਆ ਚੱਲ ਇੱਕ ਮੇਰੀ ਹੋਰ ਬੇਨਤੀ ਵੀ ਦੂਜੀ ਹੈ ਕਿ ਮੰਗਾਂ 'ਤੇ ਵੀ ਕੋਈ ਰੌਲਾ ਨਹੀਂ, ਕਈਆਂ ਸਾਡੇ ਭਰਾਵਾਂ ਦਾ ਰੌਲਾ ਵੀ ਹਾਲੇ ਇੰਨਾ ਕੁ ਸਮਾਂ ਵਾ ਵੀ ਇੱਕ ਦਿਨ ਦਾ ਪ੍ਰੋਗਰਾਮ ਕਰ ਲਈਏ, 3 ਦਿਨ ਦਾ ਕਰ ਲਈਏ, 2 ਦਿਨ ਦਾ ਕਰ ਲਈਏ ਅਤੇ ਮੰਗਾਂ ਦਾ ਪ੍ਰਚਾਰ ਪ੍ਰੋਪੋਗੰਡਾ ਕਰੀਏ।
ਕਈ ਇਹ ਵੀ ਸਵਾਲ ਕਰਦੇ ਕਹਿੰਦੇ ਆਪਦੇ ਸਾਥੀਆਂ ਨੂੰ ਨਹੀਂ ਮਨਾ ਪਾਏ ਹਲੇ ਤੀਕਰ ਤੇ ਸਰਕਾਰ ਨੂੰ ਮਨਾਉਣਾ ਤਾਂ ਵੱਡੀ ਚੁਣੌਤੀ ਹੈ। ਅੱਧੇ ਰਹਿ ਨਹੀਂ ਹੁੰਦਾ ਸਾਥੀ ਮੰਨੇ, ਮੈਂ ਕਹਿੰਦਾ ਫਰਕਾਂ ਦਾ ਪੋਜੀਸ਼ਨ ਦਾ ਫਰਕ ਹੈ ਨਾ। ਹੁਣ ਅਸੀਂ ਕਹਿੰਦੇ ਵੀ ਪੱਕਾ ਮੋਰਚਾ ਲਾ ਵੇ, ਇਹ ਪ੍ਰਚਾਰ ਵਾਲਾ ਮੁੱਢਲਾ ਪੜਾ ਤਾਂ ਤੁਸੀਂ ਮੰਨੋਗੇ ਤੈਅ ਕਰ ਗਿਆ ਸੀ, ਹੁਣ ਤਾਂ ਵੀ ਪ੍ਰੈਸ਼ਰ ਬਣਾ ਕੇ ਮੰਗਾਂ ਕਿਵੇਂ ਮਨਾਈਆਂ ਜਾਣ। ਤੋ ਮੈਨੂੰ ਲੱਗਦਾ ਜਿੱਦਣ ਆਪਾਂ ਆਪਦੇ ਭਰਾਵਾਂ ਨੂੰ ਇਸ ਗੱਲ ਹੀ ਲੈ ਆਏ, ਪ੍ਰੋਸੈਸ ਤਾਂ ਅੱਗੇ ਵੱਧ ਗਿਆ ਨਾ, ਠੀਕ ਹੈ ਜੀ, ਹੁਣ ਇਹ ਗੱਲ ਖਤਮ ਹੋ ਗਈ ਵੀ ਅੰਦੋਲਨ ਲੜਿਆ ਨਹੀਂ ਜਾ ਸਕਦਾ, ਅੰਦੋਲਨ ਪ੍ਰਾਪਤੀ ਨਹੀਂ ਕਰ ਸਕਦਾ। ਹੁਣ ਢੰਗ 'ਚ ਫਰਕ ਆ, ਇਹ ਢੰਗ ਵਾਲਾ ਵੀ ਗਾਂਹ ਆਉਣ ਵਾਲੇ ਸਮੇਂ 'ਚ ਨਿਬੜ ਜੂਗਾ। ਪੰਦੇਰ ਸਾਹਿਬ, ਅੰਦੋਲਨ ਆਉਣ ਵਾਲੇ ਦਿਨਾਂ ਦੇ ਵਿੱਚ ਕਿੱਥੇ ਦੇਖੀਏ? ਦੇਖੋ, ਅੰਦੋਲਨ ਨੂੰ ਜਿਨ੍ਹਾਂ ਨੇ ਅੰਦੋਲਨ ਲੜਨ ਤੋਂ ਪਹਿਲਾਂ ਜਿੱਥੇ ਦੇਖਿਆ ਸੀ, ਅੱਜ ਇਹ ਉੱਥੇ ਨਹੀਂ ਹੈਗਾ। ਇਹਦੇ ਨੂੰ ਕਿਤੇ ਹੱਦ ਬੁਲੰਦੀਆਂ 'ਤੇ ਹੈਗਾ, ਠੀਕ ਹੈ। ਭਾਵੇਂ ਉਹਦੇ ਵਿੱਚ ਮੋਦੀ ਸਰਕਾਰ ਦੀ ਆਪਦੀ ਨਲੈਕੀ ਵੀ ਸੀ, ਜਿਵੇਂ ਅੰਦੋਲਨ, ਕਿਉਂਕਿ ਆਪਣੇ ਵੱਲੋਂ ਤਾਂ ਉਹ ਸਾਨੂੰ ਮਾਰਨ ਆਏ, ਪਰ ਉਹ ਆਪ ਹੀ ਖੁਦ ਟੋਏ ਵਿੱਚ ਡਿੱਗੇ ਹੈਗੇ ਨੇ। ਜਿਹੜੀਆਂ ਬੁਲੰਦੀਆਂ 'ਤੇ ਅੱਜ ਅੰਦੋਲਨ ਹੈ, ਤੁਸੀਂ ਦੇਖੋਗੇ ਇਹ ਮਹੀਨਿਆਂ ਬਾਅਦ ਇਦੋਂ ਵੀ ਕਿਤਾਹਾਂ ਬੁਲੰਦੀਆਂ ਵੱਲ ਨੂੰ ਵਧੂਗਾ। 4 ਜੂਨ ਤੱਕ ਇਹ ਜਿਹੜੀ ਇੱਥੇ ਜਿਹੜਾ ਇਕੱਠ ਹੈ, ਇਸ ਅੰਦੋਲਨ ਨੂੰ 4 ਜੂਨ ਤੱਕ ਤਾਂ ਸਿੱਧੇ ਤੌਰ 'ਤੇ ਹੀ ਸੰਭਾਲ ਕੇ ਰੱਖਣ ਵਾਲੀ ਗੱਲ ਹੈ ਕਿ ਮੰਨ ਲਓ ਵੀ ਦੁੱਧ ਖਰਾਬ ਨਾ ਹੋ ਜਾਵੇ, ਫਰਿੱਜ 'ਚ ਸਾਂਭ ਕੇ ਰੱਖਣਾ, ਫਰੀਜ਼ਰ ਚਲਾ ਕੇ ਰੱਖਣਾ, ਤਾਂ ਇਹ ਉਹੀ ਕੰਮ ਤੁਹਾਨੂੰ ਲੱਗਦਾ ਕਿ 4 ਜੂਨ ਤੱਕ ਤਾਂ ਕਿਉਂਕਿ ਠੰਡੇ ਬਸਤੇ 'ਚ? ਐਂ ਨਹੀਂ ਹੈਗਾ, ਠੰਡੇ ਬਸਤੇ 'ਚ ਨਾ ਹੋਊਗਾ, ਨਾ ਇਹਨੂੰ ਸੰਭਾਲਣ ਦੀ ਲੋੜ ਹੈ, ਸੰਭਲਿਆ ਹੋਇਆ। ਅਸਲ ਵਿੱਚ ਇਹਦਾ ਘੇਰਾ ਵਿਸ਼ਾਲ ਕਰਨ ਦੀ ਲੋੜ ਹੈ, ਅਤੇ ਉਹ ਵਿਸ਼ਾਲ ਹੁੰਦਾ ਤੁਹਾਨੂੰ ਜਿਹੜੇ ਇਹ ਕਹਿ ਰਹੇ ਨੇ ਵੀ ਅੰਦੋਲਨ ਇਕੱਲਾ ਪੰਜਾਬ ਦਾ ਵਾ, ਠੀਕ ਹੈ, ਉਹ ਰੇਲਾਂ ਬਾਰੇ ਅਸੀਂ ਦੱਸਤਾ, ਰੇਲਾਂ ਰੋਕਾਂ 'ਚ ਸਪਸ਼ਟ ਹੋ ਗਿਆ ਵੀ ਕਿੱਥੋਂ ਦਾ ਅੰਦੋਲਨ। ਇਹ ਜਦੋਂ ਹੁਣ ਵੱਡੀਆਂ ਮਹਾਂਪੰਚਾਇਤਾਂ, ਸ਼ਹੀਦ ਸੁਭਕਰਨ ਜੀ ਦੀ ਸ਼ਹੀਦੀ ਸਮਾਗਮ ਹੋਣਗੇ ਦੇਸ਼ ਦੇ ਵਿੱਚ, ਬਕਾਇਦਾ ਦੱਸਾਂਗੇ ਸਾਨੂੰ ਵੀ ਕਿੱਡਾ ਵੱਡਾ ਵਾ। ਔਰ ਇੱਥੇ ਤੁਸੀਂ ਪੂਰੇ ਦੇਸ਼ ਭਰ ਦੇ ਕਿਸਾਨ ਮਜ਼ਦੂਰ ਜੇ ਦਿੱਲੀ ਨਹੀਂ ਜਾਂਦੇ, ਤੁਸੀਂ ਇੱਥੇ ਅੱਡ ਅੱਡ ਸੂਬਿਆਂ ਦੇ ਕੈਂਪ, ਅੱਡ ਅੱਡ ਸੂਬਿਆਂ ਦੇ ਕਿਸਾਨ ਮਜ਼ਦੂਰ ਇੱਥੇ ਨਜ਼ਰ ਆਉਣਗੇ ਤੁਹਾਨੂੰ। ਕਦੋਂ ਤੱਕ ਜਾਰੀ ਰਹੇਗਾ ਇਹ? ਤਾਂ ਹੁਣ ਜੀ ਉਹਨਾਂ ਨੂੰ ਪੁੱਛੋ ਸਵਾਲ, ਜਿਹੜੇ ਦਿੱਲੀ 'ਚ ਜੂਨ ਤੋਂ ਬਾਅਦ ਆਉਣਗੇ, ਵੀ ਇਹ ਕਦੋਂ ਤੱਕ ਸਾਨੂੰ ਬਹਾਲੀ ਰੱਖਣਗੇ। ਜਿਹੜੀ ਨਵੀਂ ਸਰਕਾਰ ਆਏਗੀ, ਕੋਈ ਵੀ ਹੋਵੇ, ਚਾਹੇ ਹੁਣ ਇੱਥੇ ਚਾਹੇ ਕੋਈ ਨਵੀਂ ਆ ਜੇ, ਉਸ ਸਰਕਾਰ ਨਾਲ ਮੱਥਾ ਲਾਉਣ ਲਈ ਅੱਗੇ ਤੁਹਾਨੂੰ ਕੀ ਲੱਗਦਾ ਕਿ ਰਸਤਾ ਇੰਨਾ ਕੁ ਸੌਖਾ ਹੋਏਗਾ, ਜਾਂ ਤੁਹਾਨੂੰ ਲੱਗਦਾ ਕਿ ਇੱਦੂ ਕਈ ਗੁਣੇ ਜ਼ਿਆਦਾ ਚੁਣੌਤੀਆਂ ਹੋਣਗੀਆਂ? ਦੋ ਗੱਲਾਂ, ਕਿਉਂਕਿ ਉਹਦੇ ਪੂਰੇ 5 ਸਾਲ ਪਏ ਹੋਣਗੇ ਸੇਫ, ਉਹਨਾਂ ਗੜੀ ਹੋਰ ਵੀ ਬਹੁਤ ਕੁਛ ਹੈਗਾ, ਇਕੱਲਾ ਹੈ ਨਹੀਂ। ਯੂਪੀ ਵਾਲਾ ਰਾਹ ਵੀ ਕਹਿੰਦੇ ਆ, ਯੂਪੀ ਦਾ ਦਿੱਲੀ ਦੀ ਸੱਤਾ ਨੂੰ ਰਾਹ ਯੂਪੀ ਥਾਣੀ ਲੰਘ ਕੇ ਜਾਂਦਾ, ਹੋਰ ਵੀ ਬਥੇਰੇ ਰਾਹ ਆਉਣੇ ਨੇ, ਠੀਕ ਹੈ, ਇਕੱਲਾ 5 ਸਾਲ ਨਹੀਂ ਹੈਗਾ, ਤੋਂ ਬਥੇਰਾ ਕੁਝ ਸਾਡੇ ਸਾਹਮਣੇ ਆਉਣਾ। ਤਾਂ ਸਾਡੇ ਵਾਸਤੇ ਤਾਂ ਮੱਥਾ ਲੱਗਾ ਹੋਇਆ ਵਾ, ਉਹਨਾਂ ਨਾ ਹੀ ਲੱਗਾ ਹੋਇਆ ਜਿਹੜੇ ਬਹੁਤ ਤਗੜੇ ਨੇ, ਜਿਹੜੇ ਬਹੁਤ ਵੱਡੇ ਨੇ, ਚਕੋਰ ਵਾਲਾ ਨਹੀਂ ਹੈਗਾ, ਉਹੀ ਆ ਜਾਣੇ ਨੇ। ਸਗੋਂ ਹੁਣ ਸਾਡੀ ਪ੍ਰਾਪਤੀ ਹੋਊ ਵੀ ਅਸੀਂ ਹੁਣ ਪੜੋਲ ਬਣਾ ਲਿਆ, ਅਸੀਂ ਇੱਕ ਪ੍ਰੈਸ਼ਰ ਗਰੁੱਪ ਬਣਾ ਕੇ ਇਹਦੇ ਉੱਤੇ ਹੋਰ ਪਾਈਆ ਭਾਰ ਵਧਾਈ ਜਾਣਾ। ਕਿਸਾਨਾਂ ਨੂੰ ਵੈਸੇ ਕਲੀਅਰ ਹੋ ਗਿਆ, ਤੁਸੀਂ ਕਲੀਅਰ ਕਰਤਾ ਵੀ 4 ਜੂਨ ਤੱਕ ਤਾਂ ਹੁਣ ਕੋਈ ਫੈਸਲਾ ਨਹੀਂ ਹੋ ਸਕਦਾ? ਅਸੀਂ ਤਾਂ ਸਾਲਾਂ ਤੱਕ ਕਲੀਅਰ ਕਰਤਾ ਬਾਈ, ਵੀ ਭਾਈ ਐਂ ਨਹੀਂ ਮੁੜਦੇ ਹੈ, ਇਹਦਾ ਕੋਈ ਮੂੰਹ ਮੱਥਾ ਬਣਾਵਾਂਗੇ। ਔਰ ਸਾਡੇ ਕਿਸਾਨ, ਸਾਡੇ ਕਿਸਾਨ ਮਾਨਸਿਕਤਾ ਇਹੋ ਜਿਹੀ ਆ, ਉਹ ਆਉਂਦੇ ਯਾਰ ਘੜੀ ਕੁ ਪਿੱਛੋਂ ਨਾ ਖੜਿਆ ਕਰੋ, ਮੈਂ ਵੀ ਆਪਣੇ ਵਰਕਰਾਂ ਆਉਂਦਾ, ਜਿੰਨਾ ਚਿਰ ਲਵਾਉਣਾ ਨਾ ਹੁਣ ਲਵਾ ਲਓ, ਇਹਨੂੰ ਕਿਸੇ ਬੰਨੇ ਤੁਸੀਂ ਕਿਸਾਨਾਂ ਨਾਲ ਵੀ ਗੱਲ ਕਰ ਲਓ, ਭਾਵੇਂ ਲੀਡਰਾਂ ਦੀ ਸੋਚ ਸਮਝ ਅੱਡ ਹੁੰਦੀ ਆ ਵੀ ਚੱਲ ਯਾਰ ਫਿਰ ਵੇਖ ਲਾਂਗੇ, ਫਿਰ ਕਿਸਾਨ ਦੀ ਆਮ ਜਨਤਾ ਦੀ ਮਾਨਸਿਕਤਾ ਹੁੰਦੀ ਵੀ ਜਦੋਂ ਇੱਕ ਵਾਰੀ ਲੱਗੇ ਜੇ ਨਾ, ਹੁਣ ਨੱਪੀ ਜਾਓ ਵੀ ਹੁਣ ਇੱਕ ਵਾਰੀ ਜ਼ੋਰ ਲਵਾ ਲਓ। ਅਸੀਂ ਕਹਾਂ ਵੀ ਠੀਕ ਆ ਬਾਈ, ਵੀ ਜੇ ਜਨਤਾ ਦੇਸ਼ ਦੀ ਸੰਘਰਸ਼ ਕਰਨਾ ਚਾਹੁੰਦੀ ਆ, ਲੀਡਰ ਕਿਉਂ ਸੰਘਰਸ਼ ਕਰਨ ਤੋਂ ਪਿੱਛੇ ਹਟਣਗੇ? ਤਾਂ ਸਰਵਣ ਸਿੰਘ ਪੰਧੇਰ ਹੋਣੀ ਬੜਾ ਸਪਸ਼ਟ ਹੀ ਸੁਨੇਹਾ ਦੇ ਰਹੇ ਨੇ ਕਿ ਹੁਣ ਕਹਿੰਦੇ ਨੇ ਕਿ ਕਿਸਾਨਾਂ ਨੇ ਵੀ ਕਹਿਤਾ ਇੱਕ ਵਾਰੀ ਬੈਠੇ ਹਾਂ ਤਾਂ ਬਿਠਾਲੋ ਜਿੰਨਾ ਚਿਰ ਬਿਠਾਉਣਾ ਹੈ, ਪਰ ਜੰਗ ਜਿੱਤ ਕੇ ਜਾਣੀ ਆ। ਸਾਫ਼ ਤੌਰ 'ਤੇ 4 ਜੂਨ ਤੱਕ ਬੇਸ਼ੱਕ ਮਸਲਾ ਠੰਡੇ ਬਸਤੇ ਦੇ ਵਿੱਚ ਦੇਖਿਆ ਜਾ ਰਿਹਾ,
ਕਿਉਂਕਿ ਚੋਣਾਂ ਦੇ ਨਤੀਜੇ ਆਉਣੇ ਨੇ ਅਤੇ ਅਗਲੀ ਵਾਰ ਸੱਤਾ ਦੇ ਵਿੱਚ ਕੌਣ ਹੋਏਗਾ ਉਸ ਤੋਂ ਬਾਅਦ ਚੀਜ਼ਾਂ ਸਾਹਮਣੇ ਆਉਣਗੀਆਂ ਕਿ ਅੱਗੇ ਕਿਸਾਨਾਂ ਦੇ ਇਹਨਾਂ ਮਸਲਿਆਂ ਦਾ ਬਾਨਾ ਕੀ ਹੈ ਅਤੇ ਨਿਬੜਨਾ ਕੀ ਹੈ। ਪਰ ਫਿਲਹਾਲ ਕਿਸਾਨੀ ਅੰਦੋਲਨ 2 ਜਾਰੀ ਹੈ। ਪਿੱਛੇ ਤਸਵੀਰ ਤੁਹਾਡੇ ਸਾਹਮਣੇ ਹੈ, ਜਿਵੇਂ ਟਰੈਕਟਰ ਆਏ ਸੀ ਦਿੱਲੀ ਵੱਲ ਨੂੰ ਮੂੰਹ, ਉਸੇ ਤਰ੍ਹਾਂ ਖੜ੍ਹੇ ਨੇ ਔਰ ਨਾਲ ਇਹ ਸਿਰਿਆਂ ਦੇ ਰਹੇ ਨੇ ਕਿ ਕਿੰਨੀ ਦੇਰ ਖੜ੍ਹੇ ਰਹਿਣਗੇ, ਕਿੰਨੀ ਦੇਰ ਅੰਦੋਲਨ ਜਾਰੀ ਰਹੇਗਾ ਕਹਿਣਾ ਮੁਸ਼ਕਲ ਹੈ। ਪਰ ਸਪਸ਼ਟ ਕਰ ਚੁੱਕੇ ਨੇ ਕਿ ਉਨੀ ਦੇਰ ਨਹੀਂ ਮੁੜਦੇ ਜਿੰਨੀ ਦੇਰ ਮਸਲੇ ਦਾ ਹੱਲ ਨਹੀਂ ਹੁੰਦਾ। ਕੈਮਰਾਮੈਨ ਰਜਿੰਦਰ ਕੁਮਾਰ ਦੇ ਨਾਲ ਨਪਿੰਦਰ ਸਿੰਘ ਬਰਾੜ, ਨਿਊਜ਼ 18 ਸ਼ੰਭੂ ਬੈਰੀਅਰ। ਅੰਬਾਲਾ ਟੱਪਣਾ ਸਾਰੀ ਪ੍ਰੈਸ ਨੇ ਉਦਣ, ਮਾੜੀ ਗੱਲ। ਉਹਨਾਂ ਕਿਹਾ ਠੀਕ ਹੈ ਮਨਜ਼ੂਰੀ ਲਓ ਜੀ, ਉਹ ਤੋਂ ਆਰਡਰ ਹੈ ਜੋ ਲੰਘਣਾ ਹੈ ਪੰਚਕੂਲੇ ਥਾਣੀ ਇੱਧਰੋਂ, ਇਹ 'ਚ ਕੀ ਰੌਲਾ। ਹਾਂ ਇਹਦਾ ਅਸੀਂ ਹੁਣ ਪਿਛਾਂ ਹਟੇ, ਅਸੀਂ ਬਿਲਕੁਲ ਅਤੇ ਜਾ ਰਹੇ ਹਾਂ, ਤੁਹਾਨੂੰ ਤੁਸੀਂ ਪੁੱਛੇ ਨਹੀਂ, ਸਾਡੇ ਬੰਦੇ ਤਾਂ ਜਾ ਰਹੇ ਅੰਦਰ, ਹਰਿਆਣੇ ਚਲੇ ਗਿਆ, ਉੱਧਰੋਂ ਵੀ ਅੰਦਰ ਹੋਏ, ਇੱਧਰੋਂ ਵੀ ਅੰਦਰ ਹੋਏ ਆ, ਨਾ ਪਿੰਡਾਂ 'ਚ ਜਾ ਰਹੇ ਹਾਂ। ਸ਼ਹੀਦ ਸੁਭਕਰਨ ਸਿੰਘ ਜੀ ਤੁਸੀਂ ਪਤਾ ਉਹ ਚੱਲ ਰਹੀ ਹੈ, ਪੂਰੇ ਚੱਲ ਰਹੀ ਹੈ, ਸਾਡੇ ਲਈ ਖੁੱਲ ਗਿਆ ਨਾ, ਰੋਕਣਗੇ ਮਾਰ, ਮਰਨਾ ਹੀ ਰੋਕਣਾ, ਦੇਖ ਰਹੇ ਪੋਜੀਸ਼ਨ ਨੂੰ, ਪੋਜੀਸ਼ਨ ਨੂੰ ਬੰਦੇ ਲੀਡਰ ਮੋੜੀ ਆ, ਹੋਰ ਬੰਦੇ ਸਾਡੇ ਲੀਡਰ ਚੱਲ ਰਹੇ, ਚੰਗੇ ਕੱਠ ਆ ਘਟਾ ਯਾਤਰਾ ਪੰਚਕੂਲਾ ਪੰਜ ਚਾਰ ਜ਼ਿਲ੍ਹੇ ਆ ਮੈਨੂੰ, ਇਹ ਕੱਢ ਕੇ 31 ਨੂੰ ਮੋੜਾ ਮੰਡੀ 'ਚ ਵੱਡਾ ਹੀ ਰੈਲੀ ਕਰਕੇ ਫਿਰ ਮੁੜਨਾ ਇਕੱਠੇ ਮੋੜਾ ਮੰਡੀ, ਹਾਂ ਜਿਹੜੀ 31 ਨੂੰ ਉੱਧਰ 22 ਨੂੰ ਕਰਾਂਗੇ ਸਾਥ, ਜਾਊਂਗਾ ਨਾਲ, ਕਿ ਮੈਂ ਪਹਿਲਾਂ ਜਾਊਂਗਾ। ਪੰਦੀਰ ਸਾਹਿਬ, ਇੱਕ ਕਲਸ਼ ਯਾਤਰਾ ਜਿਹੜੀ ਹੈ ਚੱਲ ਰਹੀ ਹੈ, ਹਰਿਆਣੇ ਦਾ ਵੀ ਉਹਦੇ ਵਿੱਚ ਜ਼ਿਕਰ ਹੈ, ਅਤੇ ਹਰਿਆਣਾ ਦੇ ਵਿੱਚ ਤੁਹਾਡੇ ਸਾਥੀ ਐਂਟਰ ਹੋਏ, ਕੀ ਸਥਿਤੀ ਹੈ ਉਹਦੀ, ਔਰ ਕੀ ਸਰਵਣ ਸਿੰਘ ਪੰਧੇਰ ਔਰ ਜਗਜੀਤ ਸਿੰਘ ਡੱਲੇਵਾਲ ਹੁਣੀ ਵੀ ਬੈਰੀਅਰ ਕ੍ਰੋਸ ਕਰਨਗੇ? ਹਾਂ ਦੇਖੋ, ਖਡੌਰੀ ਬਾਰਡਰ ਤੋਂ ਜਿਹੜੀ ਚੱਲੀ ਸੀ ਉਹ ਕੱਲ੍ਹ ਦੀ ਚੱਲ ਰਹੀ ਹੈ, ਦੂਜਾ ਦਿਨ ਹੈ ਉਹਦਾ। ਅਭਿਮਨੂ ਕੁਹਾੜ ਅਤੇ ਹੋਰ ਸਾਡੇ ਹਰਿਆਣੇ ਦੇ ਉੱਧਰ ਜਰਨੈਲ ਸਿੰਘ ਜੀ, ਰਜਿੰਦਰ ਸਿੰਘ ਜੀ, ਹੋਰ ਕਿਸਾਨ ਲੀਡਰ ਨੇ, ਉਹ ਉੱਧਰ ਯਾਤਰਾ ਕੱਢ ਰਹੇ ਨੇ। ਇੱਧਰ ਜਿਹੜੀ ਕੱਲ੍ਹ ਅਸੀਂ ਲੌਂਗੋਵਾਲ ਸਾਹਿਬ, ਰਾਏ ਸਾਹਿਬ, ਹੋਰ ਲੀਡਰ ਸਾਡੇ ਗਏ ਸੀਗੇ ਪੰਚਕੂਲੇ ਤੋਂ ਗਾਂ, ਇਹ ਦੂਜਾ ਦਿਨ ਅੱਜ ਹਰਿਆਣੇ ਵਿੱਚ, ਅਮਰਜੀਤ ਮੌੜੀ ਤਾਂ ਹੋਰ ਸਾਡੇ ਕਿਸਾਨ ਲੀਡਰ ਆ, ਉਹ ਹਰਿਆਣੇ ਵਿੱਚ ਚਲਾ ਰਹੇ ਨੇ। ਅਤੇ ਇਹ ਉੱਧਰ ਦੀ ਜਿਹੜੀ ਸੀ ਉਹ ਪੂਰੇ 5-6 ਦਿਨਾਂ ਵਿੱਚ ਪੂਰੇ ਹਰਿਆਣੇ ਦੇ ਪਿੰਡਾਂ 'ਚ ਘੁੰਮ ਕੇ 22 ਨੂੰ ਹਿਸਾਰ ਦੇ ਵਿੱਚ ਅਸੀਂ ਉੱਥੇ ਵੱਡੀ ਸ਼ਹੀਦੀ ਸਮਾਗਮ ਕਰਕੇ ਵੱਡਾ ਇਕੱਠ ਕਰਾਂਗੇ ਔਰ ਉਦੋਂ ਕਾ ਉਹਦਾ ਵਿਸਰਜਨ ਕਰਾਂਗੇ। ਇੱਧਰ 5-4 ਦਿਨ ਪੂਰੀ ਜਿਹੜੀ ਬੈਲਟ ਆ ਸਾਡੇ ਵਾਲੀ ਇੱਧਰ ਇਹਨਾਂ ਇਹਨਾਂ ਜ਼ਿਲ੍ਹਿਆਂ ਵਿੱਚ ਘੁੰਮਦੀ ਹੋਈ, ਮੋੜਾ ਮੰਡੀ ਜਿਹੜੀ ਆ ਅੰਬਾਲੇ ਦੇ ਵਿੱਚ ਮੋੜਾ ਮੰਡੀ ਹੈ, ਇੱਥੇ ਵੱਡਾ ਇਕੱਠ ਕਰਾਂਗੇ 31 ਮਾਰਚ ਨੂੰ। ਤਾਂ ਇਹਦੇ ਵਿੱਚ ਤਾਂ ਪ੍ਰੋਗਰਾਮ ਸਾਡਾ ਵੀ ਬਣ ਰਿਹਾ, ਮੈਂ ਵੀ ਇਹਦੇ ਵਿੱਚ 2 ਦਿਨ ਹਰਿਆਣੇ ਵਿੱਚ ਉੱਥੇ ਲਵਾ ਕੇ ਆਊਂਗਾ, ਲੋਕਾਂ ਵਿੱਚ ਅਸੀਂ ਗੱਲ ਲੈ ਕੇ ਆਵਾਂਗੇ। ਹਿਸਾਰ ਔਰ ਅੰਬਾਲਾ 2 ਰੈਲੀਆਂ ਕਿਸਾਨ ਹੁਣ ਜਾ ਕੇ ਕਰਨਗੇ, ਪੰਜਾਬ ਵਾਲੇ ਕਿਸਾਨ ਤੁਸੀਂ ਵੀ ਉਹਦਾ ਹਿੱਸਾ ਹੋਵੋਗੇ, ਪਹਿਲਾਂ ਹਿਸਾਰ 'ਚ ਕਰੋਗੇ 22 ਨੂੰ ਅਤੇ 31 ਨੂੰ ਅੰਬਾਲੇ 'ਚ। ਹਾਂ ਦੇਖੋ, ਇੱਥੋਂ ਦੇ ਕਿਸਾਨ ਲੀਡਰ ਹਿੱਸਾ ਆਉਣਗੇ, ਪੰਜਾਬ ਤਾਂ ਆਪਣੇ ਮੋਰਚਿਆਂ 'ਤੇ ਡਟਿਆ ਹੈਗਾ, ਹਰਿਆਣਾ ਆਪਣੇ ਇਕੱਠ ਅਪ ਕਰੂਗਾ, ਇੱਧਰੋਂ ਕਿਸਾਨ ਲੀਡਰਸ਼ਿਪ ਪੂਰੀ ਉੱਧਰ ਹਾਜ਼ਰ ਹੋਊਗਾ, ਦੇਸ਼ ਦੀ ਲੀਡਰਸ਼ਿਪ ਵੀ ਉੱਥੇ ਪਹੁੰਚੂਗੀ। ਤੁਸੀਂ ਅਤੇ ਜਗਜੀਤ ਸਿੰਘ ਡੱਲੇਵਾਲ ਹੋਣੀ ਹਿਸਾਰ ਅਤੇ ਅੰਬਾਲੇ ਦੀਆਂ ਰੈਲੀਆਂ 'ਚ ਇਕੱਠੇ ਹੋਣਗੇ, ਦੋਵੇਂ ਫੋਰਮ, ਦੋਵਾਂ ਰੈਲੀਆਂ ਵਿੱਚ ਵੱਡੇ ਲੀਡਰ ਹਾਜ਼ਰ ਹੋਣਗੇ। ਉਹਨੂੰ ਲੈ ਕੇ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਹੈ ਕੋਈ, ਤੁਹਾਨੂੰ ਤੁਹਾਡੇ ਜਿਹੜੇ ਸਾਥੀ ਤੋਂ ਲੱਗਦਾ ਹੈ ਕਿ ਇਜਾਜ਼ਤ ਮਿਲੇਗੀ ਉੱਧਰ ਜਾਣ ਦੀ? ਨਾ ਮੇਰੇ ਖਿਆਲ ਚਲੇ ਗਏ, ਨਾ ਪ੍ਰਸ਼ਾਸਨ ਨੇ ਉੱਧਰ ਕੋਈ ਰੁਕਾਵਟ ਪਾਈ ਹੈਗੀ ਆ ਅਤੇ ਨਾ ਇੱਧਰਲੇ ਪਾਸੇ ਰੁਕਾਵਟ ਪਾਈ ਹੈ। ਦੂਜਾ ਦਿਨ ਹੈ ਲਗਭਗ, ਇੱਧਰੋਂ ਮੈਨੂੰ ਖਬਰ ਸੀ ਵੀ 150 ਤੋਂ ਵੱਧ ਗੱਡੀਆਂ ਦਾ ਕਾਫਲਾ ਹਰ ਪਿੰਡ ਦੇ ਵਿੱਚ, ਹਰਿਆਣੇ ਦੇ ਪਿੰਡਾਂ ਵਿੱਚ ਜਿਹੜਾ ਵਾ ਲੋਕ ਜਿਹੜੇ ਆ ਸ਼ਹੀਦ ਸੁਭਕਰਨ ਸਿੰਘ ਜੀ ਦੇ ਦਰਸ਼ਨ ਕਰ ਆ ਰਹੇ, ਉਹਨਾਂ ਦੇ ਅਸਥੀਆਂ ਦੇ ਵਿੱਚ ਆ, ਉਹਨਾਂ ਤੱਕ ਸਾਡੇ ਕਿਸਾਨ ਆਗੂ ਗੱਲ ਲੈ ਕੇ ਜਾ ਰਹੇ। ਇਹਨਾਂ ਕਾਫਲਿਆਂ ਤੋਂ ਟਰੈਕਟਰਾਂ ਨੂੰ ਵੱਖ ਰੱਖ ਰਹੇ ਹੋ? ਹਾਂ ਦੇਖੋ, ਟਰੈਕਟਰ ਅੱਡ ਨੇ, ਉਹਦੇ 'ਚ ਤਾਂ ਗੱਡੀਆਂ ਹੈਗੀਆਂ ਸਾਡੀਆਂ,
ਵੀ ਜਿੱਥੇ ਅਸੀਂ ਇੱਕ ਸ਼ਹੀਦ ਸੁਭਕਰਨ ਸਿੰਘ ਜੀ ਦੀ ਫੋਟੋ ਲਾਈ ਆ, ਜੋ ਇੱਥੇ ਬਾਡਰਾਂ 'ਤੇ ਆ ਉਹਦੀ ਤਸਵੀਰ ਲੱਗੀ ਹੋਈ ਆ, ਜਿਹੜੇ ਸਾਡੇ 5-6 ਸ਼ਹੀਦ ਹੋਏ ਆ ਉਹਨਾਂ ਦੀਆਂ ਤਸਵੀਰਾਂ, ਲਖੀਮਪੁਰ ਖੀਰ ਕਾਂਡ ਦੀਆਂ ਤਸਵੀਰਾਂ ਨੇ ਪੂਰਾ ਅਸੀਂ ਸੀਨ ਕੀਤਾ ਆ। ਅਸੀਂ ਪਿੰਡਾਂ ਤੱਕ, ਇਹ ਸਾਡਾ ਜਮਹੂਰੀ ਹੱਕ ਹੈਗਾ, ਅਸੀਂ ਪਿੰਡਾਂ ਤੱਕ ਆਪਦੀ ਆਵਾਜ਼ ਨੂੰ ਲੈ ਕੇ ਜਾਣਾ।